ਕਿ ਜਿਹੜੇ ਜ਼ਰੂਰੀ ਡਿਊਟੀ ਹੁੰਦੀ ਆ ਉਹ ਤੁਸੀਂ ਆਪ ਕਰੋ ਠੀਕ ਹੈ ਹਰ ਕਾਲਜ ਦੇ ਵਿੱਚ ਹਰ ਸਕੂਲ ਦੇ ਵਿੱਚ ਹਰ ਦਫ਼ਤਰ ਦੇ ਵਿੱਚ ਹਰ ਹਸਪਤਾਲ ਦੇ ਵਿੱਚ ਕੁਝ ਬੰਦੇ ਹੁੰਦੇ ਆ ਜਿਹੜੇ ਲਾਪਰਵਾਹ ਹੁੰਦੇ ਹੂੰ ਬਿਲਕੁਲ ਤੁਸੀਂ ਉਹਨਾਂ ਨੂੰ ਕੋਈ ਕੰਮ ਕਰੋਗੇ ਉਹ ਕੰਮ ਨਹੀਂ ਹੋਏਗਾ ਹੂੰ ਕੰਮ ਨਹੀਂ ਹੋਏਗਾ ਸੋ ਇੱਕ ਵਾਰ ਇਹ ਅਮਰੀਕਾ ਦਾ ਇੱਕ ਬੰਦਾ ਹਾਂਜੀ ਜਾਪਾਨ ਗਿਆ ਠੀਕ ਹੈ ਜਾਪਾਨ ਦੇ ਵਿੱਚ ਉਸਨੇ ਕੋਈ ਕੰਪਨੀ ਖਰੀਦਣੀ ਸੀ ਜਪਾਨੇ ਜਿਹੜੇ ਹਨ ਬੜੇ ਗੁੰਝਲਦਾਰ ਹਨ ਹਮ ਹਮ ਮੇਰੇ بیٹੇ ਗਏ ਹੋਏ ਮੇਰਾ ਬੇਟਾ ਵੀ ਗਿਆ ਹੋਇਆ ਜੀ ਉਹ ਦੱਸਦੇ ਆਂ ਵੀ ਉਹ ਕੀ ਕਰਦੇ ਆ ਠੀਕ ਠੀਕ ਹੈ ਉਹ ਜਦੋਂ ਅਮਰੀਕਾ ਦਾ ਬੰਦਾ ਗਿਆ ਹਾਂਜੀ ਉਹਨਾਂ ਨੇ ਉਹਦਾ ਬੜਾ ਸਵਾਗਤ ਕੀਤਾ ਹਮ ਸੋਮਵਾਰ ਨੂੰ ਉਹਨੇ ਪਹੁੰਚਿਆ ਉਹਨਾਂ ਨੇ ਉਹਨੂੰ ਪੁੱਛ ਲਿਆ ਹਮ ਕਿ ਤੁਹਾਡੇ ਵਾਪਸੀ ਕਦੋਂ ਹੈ ਠੀਕ ਆ ਉਹ ਕਹਿੰਦਾ ਮੈਂ ਵੀਰਵਾਰ ਵਾਪਸ ਜਾਣਾ ਹਮ ਉਹਨਾਂ ਨੇ ਪਹਿਲੇ ਦਿਨ ਉਹਨੂੰ ਖੂਬ ਘੁਮਾਇਆ ਫਰਾਇਆ ਠੀਕ ਹੈ ਦੂਜੇ ਦਿਨ ਜਾਪਾਨ ਦੀਆਂ ਵੱਡੀਆਂ ਇਮਾਰਤਾਂ ਦਿਖਾਈਆਂ ਹਮ ਬੁੱਧਵਾਰ ਨੂੰ ਉਹਨੂੰ ਚੰਗਾ ਰਜਾਇਆ ਗਿਫਟ ਵਾਰਾ ਖਰੀਦ ਕੇ ਦਿੱਤੇ ਹਮ ਤੇ ਵੀਰਵਾਰ ਨੂੰ 2 ਵਜੇ ਉਹਦੀ ਫਲਾਈਟ ਸੀ ਹਮ 12 ਵਜਾ ਦਿੱਤੇ ਠੀਕ ਗੱਲ ਹੀ ਨਹੀਂ ਸ਼ੁਰੂ ਹੋਈ ਉਹ ਹਰ ਰੋਜ਼ ਪੁੱਛਿਆ ਕਰੇ ਆਪਾਂ ਗੱਲਬਾਤ ਕਰੋ ਕਰਨੀ ਆ ਕਹਿੰਦਾ ਕਰ ਲਵਾਂਗੇ ਕਰ ਲਵਾਂਗੇ ਠੀਕ ਉਹ ਜਦੋਂ 12 ਵਜ ਗਏ ਆਉਣਾ ਫਿਕਰ ਪੈ ਗਿਆ ਕਿ ਮੈਂ ਜਵਾਬ ਕੀ ਦੇਵਾਂਗਾ ਜਾ ਕੇ ਕੰਪਨੀ ਨੂੰ ਵੀ ਮੈਂ ਜਿਸ ਕੰਮ ਗਿਆ ਸੀ ਉਹ ਤਾਕੀ ਕੀਤਾ ਉਹ ਜਿਹੜੇ ਜਾਪਾਨੀ ਕੰਪਨੀ ਸੀ ਨਾ ਉਸਨੇ ਉਸ ਬੰਦੇ ਦੀ ਬਾਹ ਮਰੋੜ ਕੇ ਆਪਣੀ ਮਤਲਬ ਦਾ ਸਮਝੌਤਾ ਕੀਤਾ ਠੀਕ ਆ ਜਿਹੜਾ ਉਹਨਾਂ ਨੂੰ ਸੂਟ ਕਰਦਾ ਸੀ ਠੀਕ ਠੀਕ ਆ ਮਤਲਬ ਹੋਇਆ ਕਿ ਕਿ ਉਹ ਬੰਦਾ ਜਿਹੜਾ ਸੀ ਉਹਨੇ ਅਨੁਸ਼ਾਸਨ ਭੁੱਲ ਗਿਆ ਹੂੰ ਵੀ ਮੈਂ ਜਿਸ ਕੰਮ ਆਇਆ ਹੈਗਾ ਉਹ ਕਰਾਂ ਹੂੰ ਉਹ ਘੁੰਮਣ ਫਿਰਨ ਲੱਗ ਪਿਆ ਉਹ ਉਹਨੂੰ ਖਾਣ ਪਿਆਣ ਲੱਗ ਗਿਆ ਉਹਨੂੰ ਗਿਫਟ ਆਪਣਾ ਅਨੁਸ਼ਾਸਨ ਤਾਂ ਹੀ ਪੌਸਿਬਲ ਹੈ ਜੇਕਰ ਤੁਹਾਡੇ ਸਾਹਮਣੇ ਉਦੇਸ਼ ਜਿਹੜਾ ਹੈ ਨਾ ਸਪਸ਼ਟ ਹੋਵੇ ਡਾਕਟਰ ਕਹਿੰਦਾ ਹੈਗਾ ਕਿ ਅਜੇ ਮਰੀਜ਼ ਨੂੰ ਛੁੱਟੀ ਨਹੀਂ ਕਰਨੀ ਰਿਸ਼ਤੇਦਾਰ ਸਾਰੇ ਜ਼ੋਰ ਲਾ ਰਹੇ ਨੇ ਅੱਜ ਛੁੱਟੀ ਕਰਾਉਣੀ ਆ ਡਾਕਟਰ ਕਹਿੰਦਾ ਅੱਜ ਇਹਦੀ ਛੁੱਟੀ ਕਰ ਦੇਣੀ ਹੈ ਸਾਰੇ ਰਿਸ਼ਤੇਦਾਰ ਜ਼ੋਰ ਪਾ ਰਹੇ ਨੇ ਅਜੇ 2-3 ਦਿਨ ਹੋਰ ਰੱਖਣਾ ਇਥੇ ਉਹਨਾਂ ਨੇ ਅਨੁਸ਼ਾਸਨ ਤੋੜਨਾ ਹੈ ਗੱਡੀਆਂ ਦੇ ਵਿੱਚ ਤੁਹਾਡੀ ਰੈਜ਼ਰਵੇਸ਼ਨ ਹੋਈ ਹੁੰਦੀ ਹੈ ਤੁਹਾਡੀ ਸੀਟ ਤੇ ਕੋਈ ਹੋਰ ਹੀ ਬੈਠਾ ਹੋਊਗਾ ਕੋਈ ਹੋਰ ਹੀ ਸੁੱਤਾ ਹੋਊਗਾ ਹੂੰ ਸੋ ਅਸੀਂ ਜਿਹੜੇ ਆ ਅਸੀਂ ਅਜੇ ਉਸ ਜਗ੍ਹਾ ਤੇ ਪਹੁੰਚੇ ਹੀ ਨਹੀਂ ਜਿਸ ਜਗ੍ਹਾ ਤੇ ਅਨੁਸ਼ਾਸਨ ਲਾਗੂ ਹੁੰਦਾ ਹੈ ਐਸੇ ਕਰਕੇ ਸਾਡੀ ਕਾਰਗੁਜ਼ਾਰੀ ਜਿਹੜੀ ਹੈਗੀ ਹੈ ਉਹ ਨੀਵੀਂ ਹੈ ਤੁਸੀਂ ਕਦੇ ਵੀ ਕਿਸੇ ਬੰਦੇ ਨੂੰ ਦੇਖ ਲੈਣਾ ਜਿਹੜਾ ਕਾਮਯਾਬ ਹੋਇਆ ਜ਼ਿੰਦਗੀ ਦੇ ਵਿੱਚ ਜਿਸ ਨੇ ਕੁਝ ਪ੍ਰਾਪਤ ਕੀਤਾ ਉਹ ਅਨੁਸ਼ਾਸਨ ਨਾਲ ਪ੍ਰਾਪਤ ਕੀਤਾ ਹੈ ਅਨੁਸ਼ਾਸਨ ਤੋਂ ਬਿਨਾ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦਾ ਜਿਨ੍ਹਾਂ ਨੇ ਕੰਪੀਟੀਸ਼ਨ ਦੇ ਇਮਤਿਹਾਨ ਦੇਣੇ ਹੁੰਦੇ ਹੈਗੇ ਉਹ ਫਿਰ ਇਹ ਨਹੀਂ ਹੈਗਾ ਕਿ ਉਹ ਵਿਆਹ ਵੀ اٹੈਂਡ ਕਰੇ ਜਾਣਗੇ ਤੇ ਫਿਲਮਾਂ ਵੀ ਵੇਖੀ ਜਾਣਗੇ ਤੇ ਤਿਆਰੀ ਵੀ ਕਰੀ ਜਾਣਗੇ ਉਹ ਨਹੀਂ ਹੋਏਗਾ ਉਹਨਾਂ ਨੇ ਆਪਣਾ ਡਿਸਪਲਿਨ ਬਣਾਇਆ ਹੁੰਦਾ ਨਾਲੇ ਅਨੁਸ਼ਾਸਨ ਦਾ ਮਤਲਬ ਇਹ ਨਹੀਂ ਹੈ। ਕਈ ਵਾਰੀ ਇੱਕ ਬੰਦਾ ਸੀਗਾ ਉਹ ਕਹਿੰਦਾ ਜੀ ਮੈਂ 8 ਤੋਂ ਲੈ ਕੇ 10 ਤੱਕ ਇਹ ਸਬਜੈਕਟ ਪੜਿਆ ਕਰਾਂਗਾ। 10 ਤੋਂ ਲੈ ਕੇ 12 ਵਜੇ ਤੱਕ ਇਹ ਸਬਜੈਕਟ ਪੜਿਆ ਕਰਾਂਗਾ। 12 ਤੋਂ ਲੈ ਕੇ 2 ਵਜੇ ਤੱਕ ਇਹ ਪੜਿਆ ਕਰਾਂਗਾ। ਮੈਂ ਉਹਨੂੰ ਕਿਹਾ ਤੂੰ ਮਸ਼ੀਨ ਹੈ। ਹੂੰ। ਤੈਨੂੰ ਭੁੱਖ ਨਹੀਂ ਲੱਗੂਗੀ। ਠੀਕ ਆ। ਤੈਨੂੰ ਪਿਆਸ ਨਹੀਂ ਲੱਗੂਗੀ। ਹਾਂ ਹਾਂ। ਤੈਨੂੰ ਆਰਾਮ ਦੀ ਲੋੜ ਨਹੀਂ ਪੈਗੀ। ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਕੇ ਰੱਖੋ। ਬਿਲਕੁਲ। 8 ਤੋਂ 10 ਮੈਂ ਪੜਾਂਗਾ। 10 ਘੰਟਾ ਆਰਾਮ ਕਰਾਂਗਾ। ਹੂੰ ਸੋ ਇਸ ਤਰ੍ਹਾਂ ਚੱਲੇਗਾ ਸੋ ਕਾਮਯਾਬੀ ਦੇ ਟੰਗ ਬੜੇ ਸੌਖੇ ਆ ਹੂੰ 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 ਪਰੰਤੂ ਜੇਕਰ ਉਹਨਾਂ ਨੂੰ ਲਾਗੂ ਕਰੋ ਜੇਕਰ ਉਹਨਾਂ ਨੂੰ ਮੰਨੋ ਉਹਨਾਂ ਨੂੰ ਮੰਨੋ ਸਵੇਰੇ ਉਠੋ ਠੀਕ ਆ ਆਪਣੇ ਸਿਹਤ ਦਾ ਧਿਆਨ ਰੱਖੋ ਠੀਕ ਆ ਵਕਤ ਸਿਰ ਬ੍ਰੈਕਫਾਸਟ ਕਰੋ ਜੀ ਜੀ ਵਕਤ ਸਿਰ ਕੰਮ ਕਰੋ ਵਕਤ ਸਿਰ ਕੰਮ ਸ਼ੁਰੂ ਕਰੋਗੇ ਵਕਤ ਸਿਰ ਖਤਮ ਹੋ ਜਾਏਗਾ ਵਕਸੇਰ ਖਤਮ ਹੋ ਜਾਏਗਾ ਉਹ ਸਮਾਂ ਤੁਹਾਡੀ ਆਮਦਨ ਵਧੇਗੀ ਬਹੁਤੇ ਦੁਕਾਨਦਾਰ ਕੀ ਕਰਦੇ ਆ ਸਪੋਸ ਕਰ ਲੋ ਦਰਜੀ ਨੇ ਕਪੜੇ ਨਹੀਂ ਸਿਤੇ ਹਾਂਜੀ ਤੇ ਜਦੋਂ ਸੀਕੇ ਰਹੇਗਾ ਉਹਦੋਂ ਤੁਸੀਂ ਉਹਨੂੰ ਪੂਰੇ ਪੈਸੇ ਨਹੀਂ ਦਿਓਗੇ ਉਧਾਰ ਕਰ ਲਓਗੇ ਕਹੋਗੇ ਪੈਸੇ ਤਾਂ ਖਰਚ ਹੋ ਗਏ ਤੂੰ ਹੂੰ ਉਹਦਾ ਨੁਕਸਾਨ ਹੋਇਆ ਹਾਂਜੀ ਤੁਹਾਡਾ ਵੀ ਨੁਕਸਾਨ ਕੀਤਾ ਉਹ ਤੁਹਾਨੂੰ ਵਕਸੇਰ ਮਿਲੇ ਨਹੀਂ ਹੈਗੇ ਉਹਨਾਂ ਪੈਸੇ ਨਹੀਂ ਮਿਲੇ ਸੋ ਇਹ ਬੜਾ ਜ਼ਰੂਰੀ ਹੈ ਅਮਰੀਕਨ ਕੀ ਕਰਦੇ ਆ ਤੁਸੀਂ ਉਹਨਾਂ ਦੇ ਐਮਬੈਸੀ ਦੇ ਵਿੱਚ ਕੋਈ ਕੰਮ ਜਾਓ ਨਾ ਉਹ ਤੁਹਾਨੂੰ ਚਿੱਠੀ ਭੌਣਗੇ ਠੀਕ ਹੈ ਕਿ ਅਸੀਂ 6 ਹਫ਼ਤਿਆਂ ਦੇ ਵਿੱਚ ਤੁਹਾਨੂੰ ਜਵਾਬ ਦੇਵਾਂਗੇ ਹੂੰ ਉਹ ਜਵਾਬ ਚੌਥੇ ਹਫ਼ਤੇ ਦੇ ਦਿੰਦੇ ਆ ਠੀਕ ਆ ਪਰੰਤੂ ਉਹਨਾਂ ਨੇ 6 ਹਫ਼ਤੇ ਲਿਖੇ ਹੁੰਦੇ ਆ ਇਵੇਂ ਹੀ ਕੀ ਹੁੰਦਾ ਹੈ ਅਨੁਸ਼ਾਸਨ ਦੇ ਹੋਰ ਵੀ ਮਿਸਾਲ ਤੁਹਾਨੂੰ ਦਿੰਦਾ ਜੀ ਮੇਰਾ ਇੱਕ ਵਿਦਿਆਰਥੀ ਸੀ ਹੂੰ ਉਹਦੇ ਮਦਰ ਵਿਧਵਾ ਸੀ ਠੀਕ ਹੈ ਉਹ ਜਦੋਂ ਘਰ ਜਾਂਦਾ ਸੀ ਹੂੰ ਤੇ ਜਿਸ ਦਿਨ ਉਹਨੇ ਵਾਪਸ ਆਉਣਾ ਹੁੰਦਾ ਸੀ ਨਾ ਉਹਦੇ ਮਦਰ ਰੋਣ ਲੱਗ ਜਾਂਦੀ ਸੀ ਬਿਤੋ ਇੱਕ ਦਿਨ ਹੋਰ ਹਮ ਰੁਕ ਜਾ ਹਮ ਤੇ ਮੈਂ ਕਿਹਾ ਇਹ ਕੋਈ ਔਖੀ ਗੱਲ ਨਹੀਂ ਹੈਗੀ ਹਮ ਤੂੰ ਜੇਕਰ 4 ਦਿਨ ਰਹਿਣਾ ਸੋਮਵਾਰ ਆਉਣਾ ਹੋਵੇ ਹਾਂਜੀ ਤਾਂ ਤੋਂ ਮਾਂ ਨੂੰ ਕਿਹਾ ਕਰਕੇ ਮੈਂ ਐਤਵਾਰ ਚਲੇ ਜਾਣਾ ਹਾਂ ਮਾਂ ਕਹੇਗੀ ਇੱਕ ਦਿਨ ਰੁਕ ਜਾ ਹਾਂ ਹੋਰ ਰੁਕ ਜਾ ਤੇਰੇ ਕੋਲ ਪੈਣਾ ਹੀ ਤੂੰ ਇੱਕ ਦਿਨ ਰੱਖਿਆ ਹੋਇਆ ਰੁਕ ਜਾਏਗਾ ਤੇ ਤੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਇਹ ਵਿਧੀ ਹੈ ਇਹ ਢੰਗ ਤੂੰ ਅਪਣਾਇਆ ਹੈਗਾ ਇਸੇ ਤਰੀਕੇ ਨਾਲ ਕੁੜੀਆਂ ਨੂੰ ਦੱਸਦੇ ਹੁੰਦੇ ਆ ਵੀ ਵਿਆਹ ਤੋਂ ਬਾਅਦ ਤੁਸੀਂ ਕਿਦਰੇ ਜਾਣਾ ਹੋਵੇ ਤਾਂ ਜੇਕਰ ਤੁਸੀਂ 9 ਵਜੇ ਵਾਪਸ ਆਉਣਾ ਤੁਸੀਂ ਘਰ ਕਹਿ ਕੇ ਜਾਓ ਅਸੀਂ 10 ਵਜੇ ਆਵਾਂਗੇ ਤੁਸੀਂ 9 ਦੇ 9:30 ਵਜੇ ਆ ਸਕਦੇ ਆ 9 ਵਜੇ ਤੱਕ ਤੁਹਾਡੇ ਪੇਰੈਂਟਸ ਚਿੰਤਾ ਨਹੀਂ ਕਰਨਗੇ 9 ਵਜੇ ਤੋਂ ਬਾਅਦ ਕਰਨ ਲੱਗ ਜਾਣਗੇ ਬਿਲਕੁਲ ਜੇ ਤੁਸੀਂ 10 ਤੋਂ ਪਹਿਲਾਂ ਆ ਜਾਓਗੇ 10 ਵਜੇ ਕਹਿ ਕੇ ਗਏ ਹਾਂ ਤਾਂ ਉਹ ਖੁਸ਼ ਹੋਣਗੇ ਵੀ ਤੁਸੀਂ ਜਿਹੜਾ ਵਕਤ ਦੱਸ ਕੇ ਗਏ ਹੋ ਉਸ ਤੋਂ ਪਹਿਲਾਂ ਆ ਗਏ ਆ। ਅੱਧੇ ਘੰਟਾ ਪਹਿਲਾਂ ਆ ਗਏ। ਸੋ ਢੰਗ ਤਰੀਕਾ ਜਿਹੜਾ ਨਾ ਉਹ ਵਰਤਨ ਦੀ ਲੋੜ ਹੈਗੀ ਹੈ। ਹੂੰ ਕਿਸੇ ਨੂੰ ਖੁਸ਼ ਕਿਵੇਂ ਕਰਨਾ? ਹਾਂਜੀ ਹਾਂ। ਦੋ ਭਰਾ ਸੀ। ਠੀਕ ਆ। ਦੋਹਾਂ ਦੀ ਇੱਕੋ ਜਿਹੀ ਦੁਕਾਨ ਸੀ। ਹੂੰ ਆਮਣੇ ਸਾਹਮਣੇ ਦੁਕਾਨ ਸੀ। ਇੱਕੋ ਜਿਹਾ ਸਮਾਨ ਸੀ ਦੋਵੇਂ ਪੰਸਾਰੀ ਸੀ। ਠੀਕ ਹੈ। ਇੱਕ ਦੀ ਦੁਕਾਨ ਚੱਲਦੇ ਸੀ ਇੱਕ ਦੀ ਨਹੀਂ ਸੀ ਚੱਲਦੇ। ਹਾਂ। ਜਸਦੀ ਜਲਦੀ ਸੀ ਉਹ ਆਪਣੇ ਭਰਾ ਨੂੰ ਕਹਿੰਦਾ ਮੈਂ ਆ ਕੇ ਦੇਖਾਂਗਾ ਤੇਰੀ ਦੁਕਾਨ ਤੇ ਕੀ ਪ੍ਰੋਬਲਮ ਹੈ ਹੂੰ ਉਹ ਉਹਦੀ ਦੁਕਾਨ ਤੇ ਜਾ ਕੇ ਬੈਠ ਗਿਆ ਹੂੰ ਇੱਕ ਗਾਹਕ ਆਇਆ ਹੂੰ ਗਾਹਕ ਨੇ 5 ਕਿਲੋ ਚੀਨੀ ਮੰਗੀ ਜੀ ਉਸਨੇ ਕੀ ਕੀਤਾ ਲੁਹਾਫੇ ਦੇ ਵਿੱਚ 8 ਕਿਲੋ 9 ਕਿਲੋ ਚੀਨੀ ਪਾ ਕੇ ਨਾ ਹੂੰ ਕੱਢੇ ਤੇ ਰੱਖ ਦਿੱਤੀ ਹੂੰ ਫਿਰ ਉਹਨੂੰ ਕੱਢਣ ਲੱਗ ਗਿਆ ਕੱਢਣ ਲੱਗਾ ਕੱਢਣ ਲੱਗਾ ਗਾਹਕ ਨੂੰ ਕਹਿਣਾ ਪਿਆ ਬਸ ਕਰ ਹੁਣ ਹੂੰ ਉਹ ਕਹਿੰਦਾ ਤੂੰ ਆਹੀ ਗਲਤੀ ਕਰਦਾ ਜੇ ਗਾਹਕ 5 ਕਿਲੋ ਮੰਗਦਾ ਤੂੰ 4 ਕਿਲੋ ਪਾ ਕੇ ਹਾਂ ਉੱਪਰ ਰੱਖ ਹੋਰ ਪਾਏਗਾ ਹੋਰ ਪਾਏਗਾ ਹੋਰ ਪਾਏਗਾ ਉਹਨੂੰ ਲੱਗੂਗਾ ਜਿਵੇਂ ਉਹਨੂੰ ਵੱਧ ਮਿਲ ਰਹੀ ਹੈ ਜੀ ਇੰਨੇ ਤਾਂ ਉਹਨੂੰ 5 ਕਿਲੋ ਹੀ ਮਿਲਣੇ ਆ ਪਾਵੇਂ ਇਵੇਂ ਪਾਵੇਂ ਪਾਵੇਂ ਠੀਕ ਹੈ ਠੀਕ ਹੈ ਜੀਨੇ ਤਾਂ ਉਹਨੂੰ 5 ਕਿਲੋ ਹੀ ਮਿਲਣੇ ਆ ਨਾ ਹਾਂ ਹਾਂ ਇਸੇ ਤਰੀਕੇ ਨਾਲ ਤੁਸੀਂ ਕਦੇ ਦੇਖਣਾ ਜੇਕਰ ਕੋਈ ਚੀਜ਼ ਤੁਸੀਂ ਆਪ ਲੈਣੀ ਹੈ ਨਾ ਹਾਂ ਆਪ ਤੁਸੀਂ ਠੀਕ ਲਾਉਂਗੇ ਵੀ ਕਿੰਨੀ ਚਾਹੀਦੀ ਆ ਜੇ ਕੋਈ ਹੋਰ ਦੇਵੇਗਾ ਉਹ ਜਾਂ ਵੱਧ ਪਾਏਗਾ ਜਾਂ ਕੱਟ ਪਾਏਗਾ ਉਹ ਨਹੀਂ ਪਾਏਗਾ ਜਿੰਨੇ ਤੁਸੀਂ ਚਾਹੁੰਦੇ ਹੋ ਸੋ ਬਹੁਤੀਆਂ ਥਾਵਾਂ ਤੇ ਢੰਗ ਤਰੀਕਾ ਜਿਹੜਾ ਤਾਂ ਠੀਕ ਵਰਤਣਾ ਹੋਵੇ ਉਸ ਦੇ ਨਾਲ ਅਨੁਸ਼ਾਸਨ ਆ ਜਾਂਦਾ ਉਸ ਦੇ ਨਾਲ ਸਾਰਿਆਂ ਦੀ ਤਸੱਲੀ ਜਿਹੜੀ ਆ ਉਹ ਹੋ ਜਾਂਦੀ ਹੈ ਮਿਸਾਲ ਦੇ ਤੌਰ ਤੇ ਜਦੋਂ ਆਪਾਂ ਕਿਸੇ ਮਹਿਮਾਨ ਨੂੰ ਬੁਲਾਉਨੇ ਆ ਘਰ ਨੂੰ ਸਾਫ਼ ਕਰਦੇ ਹਮਮ ਸਾਰੀਆਂ ਚੀਜ਼ਾਂ ਜਿਹੜੀਆਂ ਖਿਲਰੀਆਂ ਵਗੈਰਾ ਹੁੰਦੀਆਂ ਉਹਨਾਂ ਨੂੰ ਠੀਕ ਢੰਗ ਨਾਲ ਰੱਖਦੇ ਆ ਠੀਕ ਜਗ੍ਹਾ ਤੇ ਰੱਖਦੇ ਆ ਉਹ ਚੀਜ਼ਾਂ ਜਿਹੜੀਆਂ ਹੈ ਪਈਆਂ ਹੋਈਆਂ ਚੰਗੀਆਂ ਲੱਗ ਵਧੀਆ ਲੱਗਦੀਆਂ ਨੇ ਪਈਆਂ ਹੋਈਆਂ ਚੰਗੀਆਂ ਲੱਗਦੀਆਂ ਜੇਕਰ ਕਪੜੇ ਠਕੇ ਠਪੇ ਹੋਏ ਹੋਣ ਤਾਂ ਸੂਟਕੇਸ ਦੇ ਵਿੱਚ ਜ਼ਿਆਦਾ ਕਪੜੇ ਆ ਜਾਂਦੇ ਜੇ ਨਾ ਠਪੇ ਹੋਏ ਹੋਣ ਤਾਂ ਉਹ ਖਲਾਰਾ ਹੋਏ ਉਹ ਗੜ ਉਡੜ ਗੜ ਜਿਹੜੇ ਹੈਗੇ ਆ ਉਹ ਵਰਤ ਨਹੀਂ ਸਕਦੇ ਸੋ ਅਨੁਸ਼ਾਸਨ ਦੇ ਕਈ ਰੂਪ ਹੈਗੇ ਆ ਜੀ ਜੀ ਤੁਸੀਂ ਇਹ ਕਿਹੜਾ ਰੂਪ ਠੀਕ ਕੰਮ ਕਰਨ ਨੂੰ ਅਨੁਸ਼ਾਸਨ ਕਹਿੰਦੇ ਆ ਮਤਲਬ ਵਿਦਿਆਰਥੀਆਂ ਨੂੰ ਡੇਟ ਸ਼ੀਟ ਬਣਾਈ ਜਾਂਦੀ ਹੈ ਹਾਂਜੀ ਹਾਂ ਇਹ ਡੇਟ ਸ਼ੀਟ ਨਾ ਬਣਾਈ ਜਾਵੇ ਨਾ ਜੇਕਰ ਵਿਦਿਆਰਥੀਆਂ ਨੂੰ ਕਿਹਾ ਜਾਵੇ ਤੁਸੀਂ ਸਾਨੂੰ ਦੱਸ ਦੇਣਾ ਜਦੋਂ ਤੁਹਾਡੀ ਤਿਆਰੀ ਹੋ ਗਈ ਅਸੀਂ ਉਦੋਂ ਇਮਤਿਹਾਨ ਲੈ ਲਾਂਗੇ 2 ਸਾਲ ਇਮਤਿਹਾਨ ਨਹੀਂ ਹੁੰਦੇ 2 ਸਾਲ ਨਹੀਂ ਹੁੰਦੇ ਨਹੀਂ ਹੁੰਦੇ ਇੱਕ ਵਿਆਹ ਸੀ ਉਹਦੇ ਵਿੱਚ ਵਿਆਹ ਦੇ ਨੇੜੇ ਨਾਨੀ ਦੀ ਡੈਥ ਹੋ ਗਈ ਠੀਕ ਹੈ ਵਿਆਹ ਅਗਲੇ ਸਾਲ ਪਾਉਣਾ ਹੂੰ ਅਗਲੇ ਸਾਲ ਤਾਇਆ ਜੀ ਦੀ ਡੈਥ ਹੋ ਗਈ ਹੂੰ ਮਤਲਬ 3 ਸਾਲ ਉਹ ਵਿਆਹ ਪੋਸਟਪੋਨ ਹੁੰਦਾ ਰਿਹਾ ਹੂੰ ਹੂੰ ਫੇਰ ਤੀਵੀਆਂ ਨਹੀਂ ਕਹਿਣਾ ਸ਼ੁਰੂ ਕਰ ਦਿੱਤਾ ਵੀ ਦੁੱਖ ਸੁੱਖ ਤਾਂ ਲੱਗੇ ਰਹਿੰਦੇ ਆ ਵਿਆਹ ਨਵੇੜੋ ਹਾਂ ਉਹਨਾਂ ਨੇ ਸਾਰੀਆਂ ਗੱਲਾਂ ਦੇ ਬਾਵਜੂਦ ਵਿਆਹ ਕਰ ਦਿੱਤਾ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਜੋ ਕਰਨਾ ਹੈ ਉਹ ਕਰਨਾ ਹੈ ਹੂੰ ਉਹ ਕਰਨਾ ਹੈ ਉਹ ਵਕਤ ਸਰ ਕਰਨਾ ਹੈ ਤਾਂ ਹੀ ਉਹਦਾ ਮੁੱਲ ਹੋਏਗਾ ਕੋਈ ਸਮਾਗਮ ਜਦੋਂ ਤੁਸੀਂ ਉਹਨੂੰ ਪੋਸਟਪੋਨ ਕਰਦੇ ਹੋਗੇ ਉਸ ਦੀ ਆਬਾ ਜਿਹੜੀ ਆ ਉਸ ਦੀ ਸ਼ੋਭਾ ਜਿਹੜੀ ਆ ਨਾ ਖਤਮ ਹੋ ਜਾਏ ਕੱਟ ਜਾਂਦੀ ਉਹ ਉਹ ਸੇਵੇ ਲਈ ਠੀਕ ਹੁੰਦਾ ਜੇਕਰ ਤੁਸੀਂ ਠੀਕ ਟਾਈਮ ਤੇ ਪਹੁੰਚੋ ਕਿਸੇ ਬਰਾਤ ਦੀ ਸੇਵਾ ਤਾਂ ਹੀ ਠੀਕ ਹੁੰਦੀ ਹੈ ਜੇਕਰ ਬਰਾਤ ਫਕਸੇ ਆਵੇ ਜੇਕਰ ਬਰਾਤ ਜਿਹੜੀ ਹੈ ਸਮੇਂ ਅਨੁਸਾਰ ਆਵੇ ਔਰ ਉਸ ਢੰਗ ਨਾਲ ਆਵੇ ਜਿਵੇਂ ਕਹੀ ਹੋਵੇ ਜੇਕਰ 200 ਬੰਦੇ ਕਹੇ ਆ ਤਾਂ 400 ਲੈ ਆਉਂਗੇ ਤਾਂ ਉਹ ਅਨੁਸ਼ਾਸਨ ਤੋੜ ਰਹੇ ਹੋ ਤੁਸੀਂ ਤੋੜ ਰਹੇ ਹੋ ਤੁਸੀਂ ਉਸ ਨੂੰ ਤੋੜ ਰਹੇ ਹੋ ਹਰ ਚੀਜ਼ ਦਾ ਖਰਚਾ ਜਿਹੜਾ ਹੈ ਨਾ ਉਹ ਲਿਮਟਿਡ ਹੁੰਦਾ ਹੂੰ ਹੂੰ ਪਰੰਤੂ ਜੇਕਰ ਤੁਸੀਂ ਲਾਪਰਵਾਹ ਹੋ ਜਾਓਗੇ ਉਹਦੀ ਹੱਦ ਨੂੰ ਕਰਾਸ ਕਰ ਜਾਏਗਾ ਖਿਲ ਜਾਏਗਾ ਖਿਲ ਨਹੀਂ ਜਾ ਸੋ ਅਨਸ਼ਾਸਨ ਤੋਂ ਬਿਨਾ ਜ਼ਿੰਦਗੀ ਦੇ ਵਿੱਚ ਕੋਈ ਵੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਤੇ ਠੀਕ ਸੋ ਪੰਜਾਬੀਆਂ ਦੇ ਕਾਰਗੁਜ਼ਾਰੀ ਜਿਹੜੀ ਹੈਗੀ ਹੈ ਇਸ ਗੱਲੋਂ ਆ ਜਿਹੜੇ ਬਾਹਰ ਜਾ ਰਹੇ ਆ ਬਿਨਾ ਅਨਸ਼ਾਸਨ ਦੇ ਜਾ ਰਹੇ ਆ ਬਿਨਾ ਸੋਚੇ ਹੀ ਜਾ ਰਹੇ ਆ ਬਿਨਾ ਵਿਉਂਤਬੰਦੀ ਦੇ ਜਾ ਰਹੇ ਆ ਸੋ ਅਨੁਸ਼ਾਸਨ ਜਿਹੜਾ ਹੈ ਬਹੁਤ ਜ਼ਰੂਰੀ ਹੈ ਡਿਸਪਲਿਨ ਜਿਹੜਾ ਹੈ ਬਹੁਤ ਜ਼ਰੂਰੀ ਹੈ ਸ਼ੁਕਰੀਆ ਸਰ ਮਿਹਰਬਾਨੀ ਜੀ ਬਹੁਤ ਵਧੀਆ ਲੱਗਿਆ ਸੇ ਦੋਸਤੋ ਇਹ ਸੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਕਿਵੇਂ ਲਿਆ ਸਕਦੇ ਹਾਂ ਤੇ ਕਿੰਨੇ ਜ਼ਿਆਦਾ ਉਹਦੇ ਫਾਇਦੇ ਨੇ ਸੋ ਜੇਕਰ ਅਸੀਂ ਇਸ ਅਨੁਸ਼ਾਸਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਦਵਾਂਗੇ ਜਿਵੇਂ ਸਰ ਨੇ ਬਹੁਤ ਵਧੀਆ ਗੱਲ ਕਹੀ ਆ ਕੇ ਵੈਸੇ ਮਿਲਦੇ ਸਰ ਨੂੰ 24 ਘੰਟੇ ਦੇ ਕੁਦਰਤ ਵੱਲੋਂ ਜੇ ਅਸੀਂ ਅਨੁਸ਼ਾਸਨ ਦੇ ਨਾਲ ਥੋੜਾ ਜਿਹਾ ਉਸ ਦੀ ਟਾਈਮ ਦੀ ਮੈਨੇਜਮੈਂਟ ਕਰ ਲਈਏ ਤਾਂ ਉਹ 24 ਦੇ 26 ਘੰਟੇ ਵੀ ਹੋ ਸਕਦੇ ਨੇ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਦਿਤ ਕਰਨਾ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਦੱਸਣਾ ਤੇ ਨਵੀਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅਸੀਂ ਅਗਲੀ ਵੀਡੀਓ ਜਲਦੀ ਤੁਹਾਡੇ ਨਾਲ ਸ਼ੇਅਰ ਲੈ ਕੇ ਆਵਾਂਗੇ ਸੋ ਤਦ ਤੱਕ ਦਿਓ ਜਾਇਜ਼ਤ ਸ਼ੁਕਰੀਆ ਸਰ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ